ਤੁਸੀਂ ਆਪਣੀ ਇੱਕ ਵਾਰੀ ਬਾਂਹ ਦਿਖਾਓ ਜੀ। ਹੁਣੇ ਜਿਹੜੀ ਪਹਿਲਾਂ ਦਿਖਾ ਰਹੇ ਸੀ ਇਹ ਬਾਂਹ ਨੂੰ ਤੁਹਾਡੇ ਨੂੰ ਕੀ ਗੱਲ ਹੋਈ? ਇਹ 7 ਸਾਲਾਂ ਦਾ ਸੀ ਜਦੋਂ ਸੱਟ ਲੱਗ ਗਈ ਸੀ ਬਾਬਾ ਜੀ। 7 ਸਾਲ ਉਮਰ ਸੀ? ਹਾਂਜੀ। ਉਦੋਂ ਬਾਅਦ 'ਚ ਸੱਟ ਹੀ ਨਹੀਂ ਹੋਈ, ਬਾਅਦ 'ਚ 2 ਵਾਰੀ ਆਪਰੇਸ਼ਨ 'ਤੇ ਖੜਿਆ, ਖਾਂਸੀ ਨਹੀਂ ਹੜੀ ਬਾਅਦ 'ਚ। ਬਾਅਦ 'ਚ ਉਹ ਕਹਿੰਦੇ ਜੇ ਹੁਣ ਕੀਤਾ ਤਾਂ ਫਿਰ ਬੰਦ ਨਾ ਜੇ ਨਾਲ ਬਾਂਹ ਚੱਲਣ। ਤੇ ਹੁਣ ਤੁਸੀਂ ਫਿਰ ਕੋਈ ਕੰਮ ਕਰਦੇ ਹੋ ਕਿ ਨਹੀਂ? ਦਿਹਾੜੀ ਤਾਂ ਪਾਈ ਤਰ੍ਹਾਂ ਕਰੀਦਾ ਮਾੜਾ ਮੋਟਾ। ਉਹਦੇ ਨਾਲ ਤੁਹਾਨੂੰ ਇਹ ਜਿੱਦਾਂ ਇਹ ਬਾਂਹ ਤੁਹਾਡੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ, ਤੁਹਾਨੂੰ ਮੁਸ਼ਕਲ ਨਹੀਂ ਆਉਂਦੀ? ਫਿਰ ਆਉਂਦੀ ਆ ਜਿਹੜੇ ਭਾਰਾ ਕੰਮ ਉਹ ਕਰੀਦਾ ਨਹੀਂ, ਭਾਰਾ ਕੰਮ ਨਹੀਂ ਕਰ। ਹਾਂਜੀ, ਹੌਲਾ ਕੰਮ ਤੁਸੀਂ ਜਿੱਦਾਂ ਉਹ ਕਰਕੇ ਉਹਦੇ ਨਾਲ ਹੀ ਆਪਣਾ ਪਰਿਵਾਰ ਪਾਲਦੇ? ਉਹਦੇ ਨਾਲ ਗੁਜ਼ਾਰਾ ਕਰੀਦਾ। ਹਾਂਜੀ। ਫਿਰ ਤੁਹਾਡੇ ਇੱਥੇ ਆਨੰਦ ਕਾਰਜ ਹੋਏ ਆ, ਤੁਸੀਂ ਜਿੱਦਾਂ ਉਦੋਂ ਭਾਈ ਸਾਹਿਬ ਨੇ ਜਿੱਦਾਂ ਦੱਸਿਆ ਕਿ ਤੁਸੀਂ ਕੇਸ ਕੀ ਨਹੀਂ ਸੀ ਸਜਾਉਂਦੇ, ਅਤੇ ਇਹ ਫਿਰ ਇਹਨਾਂ ਦੀ ਬਾਂਹ ਜਿਹੜੀ ਆ ਉਦੋਂ ਵੀ ਇੱਦਾਂ ਸੀ, ਅਤੇ ਫਿਰ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਇੱਥੇ ਤੁਹਾਡੇ ਮਨ 'ਚ ਆਇਆ ਨਹੀਂ ਵੀ ਅਸੀਂ ਕਿੱਦਾਂ ਪ੍ਰਸ਼ਾਦਾ ਬਣੀ ਚੱਕੂ? ਬਾਬਾ ਜੀ, ਮੈਂ ਵੀ ਅੰਮ੍ਰਿਤਧਾਰੀ ਹਾਂ ਅਤੇ ਮੈਂ ਇਸ ਲਈ ਚਾਹੁੰਦੀ ਹਾਂ ਕਿ ਨਸ਼ੇ ਤੋਂ ਰਹਿਤ ਆ, ਚਲੋ ਠੀਕ ਹੈ ਕਿ। ਹਾਂਜੀ। ਜਿਹੜਾ ਜਦੋਂ ਤੁਸੀਂ ਵਿਆਹੇ ਆਏ ਹੋ ਉਦੋਂ ਜਿਹੜਾ ਇਹ ਘਰ ਹੈ ਉਹ ਉਦੋਂ ਕਿੱਦਾਂ ਦਾ, ਉਦੋਂ ਠੀਕ ਠਾਕ ਹੈ? ਉਦੋਂ ਇਹੀ ਹਾਲਤ ਸੀ, 3 ਵਾਰ ਛੱਤ ਬਦਲਾ ਚੁੱਕੀ ਹੈ। ਇਹ ਇਸ ਤਰ੍ਹਾਂ ਕਿ ਚੋਂਦੇ ਬਹੁਤ ਜ਼ਿਆਦਾ ਸੀ, ਮੈਂ ਤਰਪਾਲ ਪਾਈ ਉੱਤੇ ਅਤੇ ਤਰਪਾਲ ਨਾਲ ਭਾਰ ਜ਼ਿਆਦਾ ਹੋਣ ਕਰਕੇ ਡਿੱਗਣਾ ਚਾਹੁੰਦੀ ਹਾਂ। ਪਾਲੇ ਭਾਰ ਹੋਣ ਕਰਕੇ ਪਹਿਲਾਂ ਤਿੜਕੇ ਪਏ ਅਤੇ ਥੱਲੇ ਸਪੋਰਟ ਲਾਈ ਦੀ ਸੀ ਅਤੇ ਸਪੋਰਟ ਕਰਕੇ ਵੀ ਡਿੱਗ ਪਏ ਆ ਬਾਅਦ। ਉਹ ਤੁਸੀਂ ਅੰਦਰ ਦੇਖੇ ਹੋਣੇ, ਮੈਂ ਮਸ਼ੀਨ ਦੇ ਪੈਰ ਖਿਲਾਰੇ ਥੱਲੇ ਗਏ। ਮਸ਼ੀਨ ਤੁਸੀਂ ਚਲਾਉਂਦੇ ਸੀ ਜੀ? ਕੱਪੜੇ ਸੀਂਦੇ? ਕੱਪੜੇ ਸਿਉਂਦੀ ਹਾਂ। ਮਸ਼ੀਨ ਚੋਰੀ ਹੋ ਗਈ ਇੱਥੇ ਵੀ। ਤੁਹਾਡੀ ਮਸ਼ੀਨ ਵੀ ਚੋਰੀ ਹੋ ਗਈ? ਮਸ਼ੀਨ, LCD, ਸਾਰਾ ਭਾਂਡਾ ਛਾਨਾ ਚੋਰੀ ਹੋਇਆ ਹੈ। ਹਾਂਜੀ। ਕਿਹੜੀ ਕਿਹੜੀ ਚੀਜ਼ ਚੋਰੀ ਹੋਈ ਤੁਹਾਡੇ ਘਰ ਚੋਂ? ਕਿੰਨੇ ਕੁ ਦਾ ਸਮਾਨ? ਏ ਤੋਂ ਲੈ ਕੇ ਜੜ ਤੱਕ ਭਾਂਡੇ ਚਾਲੂ, ਮਤਲਬ ਕਿ ਜੋ ਵੀ ਛੋਟਾ ਮੋਟਾ ਸਭ ਤੋਂ ਸਭ ਚੋਰੀ ਹੋ ਗਏ ਸੀਗੇ। ਅਤੇ LCD ਵੀ ਇਸ ਤਰ੍ਹਾਂ ਮਾਸੀ ਜੀ ਨੇ ਦਿੱਤੀ ਵਿਆਹ ਸਮੇਂ, ਅਤੇ ਉਹ ਵੀ ਚੋਰੀ ਹੋ ਗਈ ਹੈ। ਜਿਹੜਾ ਤੁਸੀਂ ਉਹ ਮੰਨ ਲਓ ਮਸ਼ੀਨ 'ਤੇ ਕੱਪੜੇ ਸੀਨੇ ਆ, ਉਹ ਜਦੋਂ ਮਸ਼ੀਨ ਚੋਰੀ ਹੋ ਗਈ ਤਾਂ ਤੁਹਾਡਾ ਉਹ ਕਾਰੋਬਾਰ ਬੰਦ ਹੋ ਗਿਆ ਜੀ ਫਿਰ? ਹਾਂਜੀ, ਬੰਦ ਹੋ ਗਿਆ ਜੀ। ਮੈਂ ਤਾਂ ਵੇਖਿਆ, ਮੈਨੂੰ ਤਾਂ ਨਹੀਂ ਲੱਗਦਾ ਵੀ ਘਰ ਤੁਹਾਡਾ ਰਹਿਣ ਯੋਗ ਆ। ਫਿਰ ਤੁਸੀਂ ਕਿੱਦਾਂ ਰਹਿੰਦੇ ਹਾਂ ਜੀ ਇੱਥੇ? ਇੱਥੇ ਬਾਬਾ ਜੀ ਤਰਪਾਲ ਤਾਣ ਲਈਦੀ ਜਦੋਂ ਮੀਂਹ ਕਣੀ ਆਉਂਦਾ ਹੈ। ਜਿਹੜਾ ਸਮਾਨ ਬਾਹਰ ਪਿਆ, ਫਿਰ ਜਦੋਂ ਇਹ ਤਰਪਾਲ ਚੱਕ ਕੇ ਤੁਸੀਂ ਕੋਠਿਆਂ ਦੇ ਉੱਪਰ ਪਾ ਲੈਂਦੇ ਹਾਂ, ਤਾਂ ਜਿਹੜਾ ਬਾਹਰ ਸਮਾਨ ਪਿਆ? ਆਪਾਂ ਤਰਪਾਲ ਦੇ ਇੱਥੇ ਵਿੱਚ ਲੰਮੇ ਪੈ ਜਾਈਦਾ ਨਾਲ ਹੀ ਸਮਾਨ ਦੇ ਨਾਲ ਹੀ। ਹਾਂਜੀ। ਬਾਬਾ ਜੀ, ਫਿਰ ਜਿੱਦਾਂ ਮੰਨ ਲਓ ਵੀ ਇਹ ਤੁਹਾਡਾ ਪਰਿਵਾਰ ਆ, ਤੁਸੀਂ 4 ਜੀ ਆ, ਅਤੇ ਅੰਦਰ ਸਾਰੇ ਪਾਣੀ ਆ ਜਾਂਦਾ ਹੋਣਾ, ਤੁਸੀਂ ਇਹ ਤਰਪਾਲ ਦੇ ਥੱਲੇ ਤੁਸੀਂ ਭੇਜਦੇ ਨਹੀਂ ਫਿਰ ਜੀ? ਨਹੀਂ ਬਾਬਾ ਜੀ, ਵਾਂਸ ਪਾਲੀ ਦਾ ਜਿਸ ਤਰ੍ਹਾਂ ਵਾਂਸ ਹੋਣਾ, ਵਾਂਸ ਬੰਨ ਕੇ ਫਿਰ ਹਾਂਜੀ ਪਾਣੀ ਸਾਡਾਂ ਦੇ ਨਿਕਲ ਜਾਂਦਾ। ਹਾਂਜੀ, ਜੇ ਤਾਂ ਅੰਦਰ ਪਈਏ ਫਿਰ ਡਰ ਵੀ ਆ ਬਈ ਉੱਤੇ ਨਾ ਡਿੱਗ ਜੀ। ਭੈਣ ਜੀ, ਕਦੀ ਮਨ ਦੇ ਵਿੱਚ ਕੋਈ ਰੋਸ, ਕੋਈ ਗਿਲਾ ਸ਼ਿਕਵਾ, ਤੁਸੀਂ ਗੁਰੂ ਵਾਲੇ ਆ, ਕਦੀ ਇੱਦਾਂ ਦੀ ਮਨ 'ਚ ਕੋਈ ਗਲਤ ਨਹੀਂ ਆਈ ਵੀ ਸਾਡੇ ਨਾਲ ਹੀ ਇੱਦਾਂ ਕਿਉਂ, ਸਮਾਨ ਸਾਰਾ ਘਰ ਦਾ ਚੋਰੀ ਹੋ ਗਿਆ ਆ, ਤੁਸੀਂ ਇੱਕ ਜਿਹੜਾ ਘਰ ਦੇ ਵਿੱਚ ਰਹਿੰਦੇ ਸੀ ਉਹਦੇ ਬਾਲੇ ਟੁੱਟ ਗਏ ਆ, ਹੁਣ ਤੁਸੀਂ ਜਦੋਂ ਮੀਂਹ ਪੈਂਦੇ ਆ, ਬਾਰਿਸ਼ ਆਉਂਦੀ ਹੈ, ਤਰਪਾਲ ਦੇ ਥੱਲੇ ਤੁਸੀਂ ਮਨ ਦੇ ਇੱਥੇ ਜਿਹੜਾ ਉਹ ਲੇਟਦੇ ਆ, ਅਤੇ ਫਿਰ ਮਨ 'ਚ ਕਦੀ ਕਿਸੇ ਤਰ੍ਹਾਂ ਦਾ ਰੋਸ ਤਾਂ ਨਹੀਂ ਆਇਆ ਜੀ? ਗੁਰੂ ਦੀ ਰਜਾ ਵਿੱਚ ਰਹਿਣਾ। ਹਾਂਜੀ, ਜੋ ਕੁਝ ਕਰਨਾ ਉਹਨਾਂ ਕਰਨਾ, ਮੈਂ ਇਸ ਲਈ ਕਮਰਿਆਂ ਤੋਂ ਵੀ ਚਲੋ ਦੁੱਖ ਹੁੰਦਾ ਵੀ ਆ ਕਿ ਇੰਨਾ ਨੁਕਸਾਨ ਹੋਣ ਦਿਆ ਵਾ, ਪਰ ਫਿਰ ਵੀ ਇਹੋ ਕਹੀਦਾ ਕਿ ਜੋ ਕਰੂਗਾ ਰੱਬ ਹੀ ਕਰੂਗਾ, ਰੱਬ ਹੀ ਕਰੂਗਾ। ਅਸੀਂ ਕਹੇ ਚੋਗੇ ਵੀ ਨਹੀਂ ਹੈਗੇ ਕਿ ਬਸ ਰੋਟੀ ਖਾਈ ਦੀ 2 ਟਾਈਮ ਬਹੁਤ ਵਧੀਆ ਮਿਲਣ ਦੇ ਰੱਬ ਵੱਲੋਂ ਹੀ, ਚਲੋ ਜੀ ਜੋ ਕੁਝ ਦੇਣਾ ਰੱਬ ਨੇ ਦੇਣਾ ਵਾ, ਬਾਕੀ ਚਲੋ ਜੇ ਉਹਨਾਂ ਦੀ ਰਜਾ ਵਿੱਚ ਹੋਇਆ ਤਾਂ ਪੈ ਜਾਣਗੇ, ਅਤੇ ਜੇ ਚਲੋ ਜੋ ਉਹਨਾਂ ਦੀ ਮਰਜ਼ੀ, ਬਾਕੀ ਠੀਕ ਹੈ। ਬਹੁਤ ਧੱਕੇ ਖਾਧੇ ਆ, ਬਹੁਤ ਜ਼ਿਆਦਾ ਧੱਕੇ ਖਾ ਕੇ, ਅਤੇ ਫਿਰ ਮੈਨੂੰ ਉੱਧਰ ਦਾ ਰਾਹ ਦਿਖਿਆ ਕਿ ਮੈਂ ਅਕੈਡਮੀ 'ਚ ਜਾਵਾਂਗੇ, ਤਾਂ ਕਿ ਮੇਰਾ ਪਰਿਵਾਰ ਇਸ ਤਰ੍ਹਾਂ ਵਾ ਕਿ ਮੈਂ ਇਹਨਾਂ 'ਤੇ ਵੀ ਕੋਈ ਰੋਸ ਨਹੀਂ ਕਰ ਸਕਦੀ ਕਿ ਮੈਨੂੰ ਬਣਾ ਕੇ ਦੇਣਗੇ ਜੀ। ਮੈਨੂੰ ਇੰਨਾ ਬੜਾ ਕਿ ਮੈਨੂੰ 2 ਟਾਈਮ ਦੀ ਰੋਟੀ ਵਧੀਆ ਮਿਲਦਾ ਹੀ ਆ, ਅਤੇ ਲੀੜਾ ਕੱਪੜਾ ਮਿਲਣ ਡਿਆ ਪਾਉਣ ਨੂੰ ਜੀ। ਹੁਣ ਦੇਖੋ ਆ, ਮੇਰੇ ਕੱਪੜੇ ਸਾਰੇ ਰਜਾਈਆਂ ਸਾਰਾ ਕੁਝ ਗਲ ਗਿਆ ਵਾ, ਮੇਰੇ ਕੋਲ ਕੁਛ ਨਹੀਂ ਹੈਗਾ ਹੁਣ ਇਸ ਟਾਈਮ। ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੋਣ ਦੇ ਬਾਵਜੂਦ ਵੀ ਇਹ ਭੈਣ ਦੇ ਸਿਦਕ ਨੂੰ ਸਲਾਮ ਹੈ। ਇੱਥੋਂ ਲਗਭਗ 30 ਕਿਲੋਮੀਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਔਰ ਇਹ ਭੈਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੀ ਹੈ ਹਰ ਐਤਵਾਰ। ਜਦੋਂ ਕਿ ਘਰ ਦੇ ਵਿੱਚ ਮੇਰੇ ਖਿਆਲ ਵਿੱਚ ਖਾਣ ਨੂੰ ਰਾਸ਼ਨ ਨਹੀਂ ਹੋਣਾ, ਕੋਠੇ 'ਤੇ ਛੱਤ ਨਹੀਂ ਆ, ਪਰ ਉਸ ਗੁਰੂ ਦਾ ਦਰ ਨਹੀਂ ਛੱਡਿਆ ਇਸ ਭੈਣ ਨੇ। ਬਹੁਤੀਆਂ ਗੱਲਾਂ ਕਰਨ ਦਾ ਹੁਣ ਮਨ ਨਹੀਂ ਆ,
सो इस परिवार नूं लोड़ है एक चंगे घर की। इस भैन की सिलाई मशीन चोरी हो गई, इस भैन नूं लोड़ है उस सिलाई मशीन की। सो बहुत सारिया जथेबंदियां डींगा मार दियां कि असी सिख कौम के बड़े वड्डे वारस हाँ, और बहुत सारे इदां दे लोग है जिहड़े सोशल मीडिया से वीडियो बना के अपनी जेबों च पैसे पाउंदे आ, और अज के समय के एक चंगी जिंदगी जीते हैं। जो उन्होंने कोई सवाल पुछता कि इन्हों परिवार की सार किन्ने लैनी है, वो अगों लड़न आते, उन्होंने कोई जवाब नहीं होता। सो अज एक वंगार है सिख कौम योजा पूर्ण बाने के सिंह सजे परिवार और गुरु ते भरोसा कहिंदे आ साडे सिर ते छत नहीं आ। इस तरपाल दे हेठां जदों मीह आउंदा इस तरपाल दे हेठां इह सारा परिवार अपनी जिंदगी गुजारदा है, उहदे बावजूद भी इह परिवार गुरु दे बाणे च। सो पौधियां गल्लां नहीं करनियां, लोड़ है घर बना के देण दी। वाहिगुरू जी का खालसा, वाहिगुरू जी की फतेह।